ਅਸਲਾਮ ਵਾਲੇਕਮ ਕਿਸਾਨ ਵੀਰੋ ਮੈਂ ਤੁਹਾਡਾ ਵੀਰ ਮੁਸਤਫਾ ﺍﻟवी ਤੁਸੀਂ ਦੇਖ ਰਹੇ ਹੋ ﺍﻟवी ਐਗਰੀਕਲਚਰ ਫਾਰਮ ਲਾਹੌਰ ਤੇ ਅੱਜ ਦੀ ਵੀਡੀਓ ਬਣਾਉਣ ਦਾ ਮਕਸਦ ਹੈ ਗੰਧਮ ਨੂੰ ਪਹਿਲਾ ਪਾਣੀ ਲਾਣ ਲੱਗੇ ਆ ਤੇ ਗੰਧਮ ਨੂੰ ਪਹਿਲਾ ਪਾਣੀ ਕਿਸ ਤਰ੍ਹਾਂ ਲਾਣਾ ਹੈ ਤੇ ਕੀ ਕੀ ਪਾਣਾ ਹੈ ਮੈਂ ਜਿਹੜਾ 90 ਤੋਂ 80 ਮਨ ਜਿਹੜਾ ਵਾ ਉਹ ਝਾੜ ਆ ਜੇ ਤੇ ਅਕਸਰ ਕਿਸਾਨ ਦੋਸ ਜਿਹੜੇ ਆ ਉਹ ਸਿਰਫ ਯੂਰੀਆ ਦਾ ਤੇ ਡੀਏਪੀ ਦਾ ਇਸਤੇਮਾਲ ਕਰਦੇ ਆ ਥੱਲੇ ਡੀਏ ਵੀ ਪਾਤਾ ਬਾਅਦ ਵਿੱਚ ਜਿਹੜਾ ਵਾ ਉਹ ਇੱਕ ਬੋਰੀ ਯੂਰੀਆ ਪਾ ਕੇ ਤੇ ਅੱਲਾ ਬੇਲੀ ਕਰ ਦਿੰਦੇ ਆ لہਜ਼ਾ ਅੱਜ ਦੀ ਜਿਹੜੀ ਵੀਡੀਓ ਬੜੇ ਗੌਰ ਨਾਲ ਸੁਣਿਓ ਤੁਹਾਨੂੰ ਦੱਸਾਂਗੇ ਕਿ ਤੁਸੀਂ ਦਿਲਕਸ਼ ਵੈਰਾਈਟੀ ਅਗਰ ਲਗਾਈ ਹੈ ਜਾਂ ਤੁਸੀਂ ਫਖਰ ਬਖਰ ਲਗਾਈ ਹੈ ਜਾਂ ਤੁਸੀਂ ਅਰੋਜ ਲਗਾਈ ਹੈ ਤੇ ਤੁਸੀਂ ਉਹਦਾ 90 ਤੋਂ 80 ਮਨ ਝਾੜ ਕਿੰਜ ਲੈ ਸਕਦੇ ਜੀ ਤੇ ਮੈਂ ਤੁਹਾਨੂੰ ਥੋੜਾ ਜਿਆਦਾ ਤਫਸੀਲਾਂ ਦੱਸਣ ਲੱਗਾ ਜੀ ਸਵੇਰ 8 ਵੇ ਦਾ ਟਾਈਮ ਹੈ ਪਾਣੀ ਅਸੀਂ ਲਗਾਣ ਲੱਗੇ ਆ ਅੱਜ ਫਸਲ ਜਿਹੜੀ ਹੈ ਗੰਧਮ ਦੀ ਉਹ ਅੱਜ ਪੂਰੇ 24 ਦਿਨ ਦੀ ਹੋ ਚੁੱਕੀ ਹੈ ਅਲਹਮਦੁਲਿਲਾ ਔਰ ਜਿੱਦਣੇ 18 ਦਿਨ ਦੀ ਸੀ ਇਹਨੂੰ ਜ਼ਿੰਕ ਚਿਲੇਟਡ ਜ਼ਿੰਕ ਪਲੱਸ ਮਲਟੀ ਹੈਡਲਾਈਨ ਜ਼ਿੰਕ ਪਲੱਸ 1 ਕਿਲੋ ਯੂਰੀਆ ਚਿਲੇਟਡ ਜ਼ਿੰਕ 150 ਗ੍ਰਾਮ ਹੈਡਲਾਈਨ ਜ਼ਿੰਕ ਹੈਡਲਾਈਨ ਮਲਟੀ ਜ਼ਿੰਕ 150 ਗ੍ਰਾਮ ਔਰ 1 ਕਿਲੋ ਯੂਰੀਆ ਫੀ ਏਕੜ ਸਪਰੇਅ ਕੀਤਾ ਗਿਆ ਔਰ ਤਿੰਨਾ ਦਿਨਾਂ ਦੇ ਵਿੱਚ ਵਿੱਚ ਇਹਦੀ ਖੂਬਸੂਰਤੀ ਏਡੀ ਪਿਆਰੀ ਹੋ ਗਈ ਹੈ ਕਿ ਇਹ ਜਿਹੜੀ ਹੈ ਆਪਣਾ ਝਾੜ ਬਣਨ ਲੱਗ ਗਈ ਐ ਇਹਦੇ ਜਿਹੜੀਆਂ ਸ਼ਗੂਫੇ ਕੱਢਣ ਲੱਗ ਗਈ ਐ ਗੰਧਮ ਠੀਕ ਐ ਔਰ ਅੱਜ 24 ਦਿਨ ਦੀ ਗੰਧਮ ਐ ਔਰ ਇਹਨੂੰ ਲਗਾਣ ਲੱਗੇ ਅਸੀਂ ਪਾਣੀ ਪਾਣੀ ਵਿੱਚ ਅਸੀਂ ਕੀ ਕੀ ਪਾਣ ਲੱਗੇ ਆ ਉਹ ਵੀ ਤੁਹਾਨੂੰ ਅਸੀਂ ਦੱਸਦੇ ਆਂ ਤੇ ਜੀ ਕੀ ਕਿਸਾਨ ਵੀਰੋ ਅਸੀਂ ਆਪਣੇ ਫਰਟੀਲਾਈਜ਼ਰ ਪਲਾਨ ਦੀ ਤਰਫ ਆ ਗਏ ਆ ਸਾਡਾ ਕੋਈ ਫਰਟੀਲਾਈਜ਼ਰ ਪਲਾਨ ਹੈਗਾ ਵਾ ਸਭ ਤੋਂ ਪਹਿਲੇ ਸਾਡਾ ਯੂਰੀਆ ਯੂਰੀਆ ਅਸੀਂ ਫੀ ਏਕੜ ਜਿਹੜਾ ਵਾ ਉਹ ਕਿੰਨਾ ਇਸਤੇਮਾਲ ਕਰਨਾ ਵਾ ਯੂਰੀਆ ਸਿਰਫ ਅਸੀਂ 12.5 ਕਿਲੋ ਪਾ ਰਹੇ ਹਾਂ ਫੀ ਏਕੜ 12.5 ਕਿਲੋ ਯੂਰੀਆ ਇਸਤੇਮਾਲ ਕਰ ਰਹੇ ਹਾਂ ম্যাগਨੇਸ਼ੀਅਮ ਸਲਫੇਟ ਐਜੀ ম্যাগਨੇਸ਼ੀਅਮ ਦਾ ਟੋੜਾ ਜੀ ਠੀਕ ਹੈ ਮੈਂ ਦਿਖਾਉਂਦਾ ਜਾਵਾਂ ਕੋਈ ਚੀਜ਼ਾਂ ਉੱਤੇ ਲਿਖੀਆਂ ਵੀ ਆਂ ম্যাগਨੇਸ਼ੀਅਮ ਸਲਫੇਟ ਠੀਕ ਹੈ ਜੀ ਇਹ ਇਸਤੇਮਾਲ ਕਰ ਰਹੇ ਹਾਂ ਫੀ ਏਕੜ 4 ਕਿਲੋ ਜ਼ਿੰਕ ਪਾਊਡਰ ਸ਼ੇਪ ਚ ਹੈਗਾ ਵਾ ਸਾਡੇ ਕੋ ਇਹ ਇਸਤੇਮਾਲ ਕਰ ਰਹੇ ਆ فی ਏਕੜ 3 ਕਿਲੋ ਔਰ ਸਲਫਰ ਇੰਡੀਅਨ 80% ਜਿਹੜਾ ਹੈਗਾ ਵਾ ਹਲ ਪذیر ਇਹ ਇਸਤੇਮਾਲ ਕਰ ਰਹੇ ਆ 3 ਕਿਲੋ 3 ਕਿਲੋ ਸਲਫਰ 3 ਕਿਲੋ ਜ਼ਿੰਕ 12.5 ਕਿਲੋ ਯੂਰੀਆ ਔਰ 4 ਕਿਲੋ ਅਸੀਂ ਮੈਗਨੀਸ਼ੀਅਮ ਇਸਤੇਮਾਲ ਕਰ ਰਹੇ ਆ ਅਕਸਰ ਕਿਸਾਨ ਵੀਰ ਕੀ ਕਰਦੇ ਆ ਉਹ ਆਪਣੇ ਇਕੜ ਦੇ ਵਿੱਚ ਪੂਰਾ ਥੋੜਾ ਯੂਰੀਆ ਪਾ ਦਿੰਦੇ ਆ ਉਹਦੇ ਨਾਲ ਕੀ ਹੁੰਦਾ ਹੈ ਕਿ ਫਸਲ ਇੱਕੋ ਦਮ ਜਿਹੜੀ ਹੈ ਉਹ ਜੰਪ ਮਾਰਦੀ ਆ ਔਰ ਉਹ ਤਨਾ ਉਹਦਾ ਜਿਹੜਾ ਵਾ ਗਰੋਥ ਕਰ ਜਾਂਦਾ ਵਾ ਲੇਕਿਨ ਜਿੱਦਾਂ ਸ਼ਾਰਟੇਜ ਆ ਰਹੀ ਹੈ ਯੂਰੀਆ ਜਿਹੜਾ ਲਾਈਨਾਂ 'ਚ ਲਾ ਕੇ ਕਿਸਾਨਾਂ ਨੂੰ ਮਿਲ ਰਿਹਾ ਵਾ ਔਰ ਡੀਪੀ ਦਾ ਰੇਟ ਬਹੁਤ ਉੱਚਾ ਉੱਤੇ ਚੱਲ ਗਿਆ ਵਾ ਯੂਰੀਆ ਦਾ ਰੇਟ ਵੀ ਉੱਤੇ ਚੱਲ ਗਿਆ ਵਾ ਮੈਂ ਆਪਣੇ ਕਿਸਾਨ ਵੀਰਾਂ ਨੂੰ ਕਹਾਂਗਾ ਤੁਸੀਂ ਯੂਰੀਆ ਦਾ ਇਸਤੇਮਾਲ ਕਿੰਜ ਕਰੋ ਥੋੜੇ ਜਿਹਾ ਕਲੇਵਰ ਹੋ ਜਾਓ ਥੋੜੇ ਹੁਸ਼ਿਆਰ ਹੋ ਜਾਓ ਕਿ ਯੂਰੀਆ ਤੁਸੀਂ ਪਹਿਲੇ ਪਾਣੀ ਦੇ ਨਾਲ ਸਿਰਫ 10 ਤੋਂ 12 ਕਿਲੋ ਇਸਤੇਮਾਲ ਕਰੋ ਨਾਲ 4 ਕਿਲੋ ਮੈਗਨੀਸ਼ੀਅਮ ਇਸਤੇਮਾਲ ਕਰੋ 3 ਕਿਲੋ ਜ਼ਿੰਕ ਔਰ 3 ਕਿਲੋ ਸਲਫਰ ਇਸਤੇਮਾਲ ਕਰੋ ਤੁਸੀਂ ਇਹ ਚੀਜ਼ਾਂ ਅਗਰ ਪਹਿਲੇ ਪਾਣੀ ਇਸਤੇਮਾਲ ਕਰੋਗੇ ਤੇ ਤੁਸੀਂ 4 ਤੋਂ 5 ਦਿਨ ਬਾਅਦ ਆਪਣੀ ਫਸਲ ਨੂੰ ਜਾ ਕੇ ਦੇਖ ਲਓ 1 ਏਕੜ ਨੂੰ ਤੁਸੀਂ ਪੂਰਾ ਯੂਰੀਆ ਪਾ ਕੇ ਦੇਖ ਲਓ ਔਰ 1 ਏਕੜ ਨੂੰ ਤੁਸੀਂ ਇਹ ਚੀਜ਼ਾਂ ਚਾਰ ਇਨਗਰੀਡੀਅੰਟ ਪਾ ਕੇ ਦੇਖ ਲਓ ਤੁਸੀਂ ਖੁਦ ਜਿਹੜਾ ਵਾ ਤਸਲੀਮ ਕਰੋਗੇ ਕਿ ਯੂਰੀਆ ਨਾਲੋਂ ਜ਼ਿਆਦਾ ਅਸਰ ਇਹਨਾਂ ਦੇ ਵਿੱਚ ਹੀ ਗਾਵਾ ਔਰ ਇਹੜੀਆਂ ਕੋਸਟਲੀ ਚੀਜ਼ਾਂ ਵੀ ਨਹੀਂ ਹੈਗੀਆਂ ਇੱਕ ਜਿਹੜਾ ਯੂਰੀਆ ਵੈ ਉਹ 50 ਕਿਲੋ ਵਜ਼ਨ ਹੈ ਉਹਦੇ ਵਿੱਚ ਤੋਂ ਔਰ 50 ਕਿਲਿਆਂ ਨੂੰ ਪੈ ਸਕਦਾ ਵੈ ਅਗਰ ਤੁਹਾਨੂੰ ਯੂਰੀਆ ਬਿਲਕੁਲ ਨਹੀਂ ਮਿਲ ਰਿਹਾ ਤੁਸੀਂ 10 ਕਿਲੋ ਵੀ ਯੂਰੀਆ ਨਹੀਂ ਪਾ ਰਹੇ ਤੇ ਤੁਸੀਂ ਜਨਾਬ ਹਰ 10 ਦਿਨਾਂ ਬਾਅਦ 1 ਕਿਲੋ ਯੂਰੀਆ ਔਰ ਨਾਲ 150 ਗ੍ਰਾਮ ਚੇਲੇਟਡ ਜ਼ਿੰਕ ਦਾ ਸਪਰੇਅ ਕਰ ਦੋ ਤੇ ਇਹ ਵੀ ਇੱਕ ਤੋੜੇ ਦਾ ਅਸਰ ਰੱਖਦੀ ਹੈ ਔਰ ਤੁਸੀਂ ਪਹਿਲਾ ਪਾਣੀ ਜਿਹੜਾ ਵੈ 24 ਤੋਂ 25 ਦਿਨ ਤੂੰ ਲਾਜ਼ਮੀ ਲਗਾਓ ਤਾਕੇ ਤੁਹਾਡਾ ਜਿਹੜਾ ਵੈ ਉਹ ਖੇਤ ਜਿਹੜਾ ਵੈ ਤੁਹਾਡੀ ਗੰਧਮ ਜਿਹੜੀ ਹੈ ਉਹਦਾ ਝਾੜ ਅੱਛਾ ਬਣ ਸਕੇ ਉਹ ਸੂ ਸਕੇ ਗੰਧਮ ਦੇ ਅੱਛੇ ਝਾੜ ਵਾਸਤੇ ਉਹਦੇ ਅੱਛੇ ਸ਼ਗੂਫੇ ਵਾਸਤੇ ਅੱਛੀ ਟ੍ਰਿਲਿੰਗ ਵਾਸਤੇ ਤੁਹਾਨੂੰ 18 ਦਿਨ ਦੀ ਗੰਧਮ ਨੂੰ ਸਪਰੇਅ ਲਾਜ਼ਮੀ ਕਰਨਾ ਪਏਗਾ ਉਹਦੇ ਵਿੱਚ ਤੁਸੀਂ 150 ਗ੍ਰਾਮ ਜ਼ਿੰਕ ਲਾਓ ਔਰ 1 ਕਿਲੋ ਯੂਰੀਆ ਲਾਓ ਤੇ ਜੋ ਕਿਸਾਨ ਵੀਰ ਜਿਹੜੇ ਆ ਉਹ ਲਾਈਨਾਂ ਚ ਲਾ ਕੇ ਯੂਰੀਆ ਹਾਸਲ ਕਰ ਰਹੇ ਆ ਜਾਂ ਡੀਏਪੀ ਇਸ ਹਾਸਲ ਕਰ ਰਹੇ ਆ ਉਹਨਾਂ ਨੂੰ ਮਿਲ ਰਿਹਾ ਉਹਨਾਂ ਵਾਸਤੇ ਇਹ ਵੀਡੀਓ ਬੜੀ ਹੀ ਇਨਫੋਰਮੇਟਿਵ ਹੈਗੀ ਹੈ ਕਿ ਤੁਸੀਂ ਯੂਰੀਆ ਜਿਹੜਾ ਵਾ ਸਿਰਫ 10 ਕਿਲੋ ਤੋਂ 12 ਕਿਲੋ ਇਸਤੇਮਾਲ ਕਰੋ ਫੀ ਏਕੜ ਨਾਲ ਜ਼ਿੰਕ ਮੈਗਨੀਸ਼ੀਅਮ ਔਰ ਸਲਫਰ ਇਸਤੇਮਾਲ ਕਰੋ ਟਾੜਾ ਜਿਹੜਾ ਵਾ ਉਹ ਬੂਟਾ ਸੁਣਾ ਹੋਏਗਾ ਉਹਦੀ ਜੜ ਲੰਬੀ ਹੋਏਗੀ ਤਨਾ ਮਜ਼ਬੂਤ ਹੋਏਗਾ ਔਰ ਦੂਸਰੇ ਪਾਣੀ ਜਿਹੜਾ ਵਾ ਤੁਸੀਂ ਨਾਈਟ੍ਰੋਫਾਸ ਖਾਦਾ ਇਸਤੇਮਾਲ ਕਰੋ ਅਗਰ ਨਾਈਟ੍ਰੋਫਾਸ ਨਹੀਂ ਮਿਲ ਰਹੀ ਤੇ ਫਿਰ ਐਮ ਏ ਪੀ ਦਾ ਇਸਤੇਮਾਲ ਕਰੋ ਐਮ ਏ ਪੀ ਤੁਸੀਂ ਇਹ 10 ਕਿਲੋ ਜਿਹੜੀ ਹੈ ਫੀ ਏਕੜ ਪਾਓ ਤੁਹਾਨੂੰ ਡੀ ਏ ਪੀ ਦੀ ਬੋਰੀ ਜਨਾ ਅਸਰ ਮਿਲੇਗਾ ਬਹੁਤ ਸ਼ੁਕਰੀਆ